this South Asian Media Group. Why Media? ਇੱਕ ਹੋਰ ਬੜੀ ਦੁਖਦਾਈ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈਗੀ ਆ, ਜਿਸ ਦੇ ਵਿੱਚ ਕਿ ਅਸੀਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਹੈਗਾ 2 ਜੂਨ ਦਾ। 2 ਜੂਨ ਨੂੰ ਅਸੀਂ ਦੱਸ ਦਈਏ ਕਿ ਇੱਕ ਪਾਰਕਿੰਗ ਲੋਟ ਦੇ ਵਿੱਚ, ਜਿਹੜਾ ਕਿ ਨਾਰਥ ਅਲਵਿਨ ਕਾਲਜ ਇੰਸਟੀਟਿਊਟ ਦੇ ਬਾਹਰ ਫਿੰਚ ਐਵਨਿਊ ਕਿਪਲਿੰਗ ਏਰੀਆ ਦੇ ਵਿੱਚ, ਜਿਹੜੇ ਕੁਝ ਲੋਕ ਸੀਗੇ ਉਹ ਆਪਣੀ ਵੀਡੀਓ ਗੇਮਸ ਖੇਲ ਰਹੇ ਸੀ, ਇੰਜੋਏ ਕਰ ਰਹੇ ਸੀਗੇ, ਲੇਕਿਨ ਉਸ ਦਰਮਿਆਨ ਪਾਰਕਿੰਗ ਲੋਟ ਦੇ ਵਿੱਚ ਇੱਕ ਗੱਡੀ ਦੇ ਵਿੱਚ ਆਉਂਦੇ ਨੇ। 14 ਸਾਲ ਦਾ ਇਹ ਨੌਜਵਾਨ ਹੈ ਔਰ 14 ਈਅਰ ਓਲਡ, ਜਿਹਦਾ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਤਹਿਤ ਇਹਨਾਂ ਦਾ ਨਾਮ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ। ਇਹਨਾਂ ਨੂੰ ਚਾਰਜ ਕੀਤਾ ਗਿਆ ਪੁਲਿਸ ਦੁਆਰਾ ਮਾਸ ਸ਼ੂਟਿੰਗ ਵਾਸਤੇ। ਇਹਨਾਂ ਨੇ ਬਾਹਰ ਆ ਕੇ ਪਾਰਕਿੰਗ ਲੋਟ ਦੇ ਵਿੱਚ ਅੰਧਾਧੁੰਦ ਵੈਸੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੋ ਕੋਈ ਇਹਨਾਂ ਨੂੰ ਇਹ ਨਹੀਂ ਹੋਸ਼ ਵੀ ਗੋਲੀ ਕਿਹਦੇ ਲੱਗ ਰਹੀ ਹੈ, ਨਹੀਂ ਲੱਗ ਰਹੀ। ਸੋ ਇਹਦੇ ਕਾਰਨ ਕੀ ਹੋਇਆ ਕਿ 2 ਜਣਿਆਂ ਦੀ ਡੈਥ ਹੋ ਗਈ, 4 ਜਣੇ ਜਿਹੜੇ ਨੇ ਉਥੇ ਹੋਰ ਸੀਗੇ। ਸੋ ਜਿਹਦੇ ਕਾਰਨ ਕਿ ਅਸੀਂ ਦੱਸ ਦਈਏ ਕਿ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਡੇਲਰੋਏ ਜਾਰਜ ਪਾਰਕਸ, ਜਿਨ੍ਹਾਂ ਦੀ ਉਮਰ 60 ਸਾਲ ਹੈਗੀ ਹੈ, ਮੈਪਲ ਤੋਂ ਇਹਨਾਂ ਦਾ ਸੰਬੰਧ ਹੈ, ਇਹਨਾਂ ਦੀ ਡੈਥ ਹੋ ਗਈ। ਔਰ ਫਿਰ ਇੱਕ ਹੋਰ ਜਿਹੜੇ ਰਾਈਟ ਸਾਈਡ ਤੇ ਨੇ ਸਿਮੋਰ ਗਿਬਸ, ਇਹਨਾਂ ਦੀ ਜਿਹੜੀ ਡੈਥ ਉਹ 5 ਜੂਨ ਨੂੰ ਹੋ ਗਈ। ਸੋ 2 ਜਣਿਆਂ ਦੀ ਡੈਥ ਹੋ ਗਈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਟੋਰੋਂਟੋ ਪੁਲਿਸ ਦੇ ਡਿਪਟੀ ਸਰਜੈਂਟ ਫਿਲਿਪ ਕੈਂਬਲ, ਉਹਨਾਂ ਨੇ ਦੱਸਿਆ ਕਿ 3 ਜਣੇ ਹੋਰਾਂ ਦੀ ਵੀ ਗੋਲੀਆਂ ਲੱਗੀਆਂ ਸੀਗੀਆਂ ਔਰ ਉਹਨਾਂ ਦੇ ਵਿੱਚੋਂ ਇੱਕ ਹਜੇ ਵੀ ਬੜੀ ਸੀਰੀਅਸ ਕੰਡੀਸ਼ਨ ਦੇ ਵਿੱਚ ਹੈਗਾ ਔਰ ਬਾਕੀ 2 ਜਣੇ ਹੋਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ। ਆਖਿਰਕਾਰ 14 ਸਾਲ ਦਾ ਇਹ ਜਿਹੜਾ ਯੰਗਸਟਰ ਸੀਗਾ, ਕੀ ਹੋਇਆ ਇਹਨੂੰ, ਟੀਨੇਜਰ ਨੂੰ 14 ਸਾਲ ਇਹਦੀ ਉਮਰ ਆ ਕੇ ਅੰਧਾਧੁੰਦ ਗੋਲੀਆਂ ਕਿਉਂ ਚਲਾਤੀਆਂ, ਕੀ ਇਹਦਾ ਕੋਈ ਇਹਨਾਂ ਦੇ ਨਾਲ ਦੁਸ਼ਮਣੀ ਸੀ, ਉਹ ਕਹਿੰਦੇ ਜੀ ਕੋਈ ਰਿਲੇਸ਼ਨ ਹੀ ਨਹੀਂ ਇਹਨਾਂ ਦਾ, ਫਿਰ ਕੀ ਕਾਰਨ ਹੈ, ਮੋਟਿਵ ਹਜੇ ਕਲੀਅਰ ਨਹੀਂ ਹੈ, ਬਸ ਅੰਧਾਧੁੰਦ ਆ ਕੇ ਗੋਲੀਆਂ ਚਲਾ ਦਿੱਤੀਆਂ ਨੇ 14 ਸਾਲ। ਔਰ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹੀ ਚਰਚਾ ਹੋ ਰਹੀ ਸੀਗੀ ਕਿ ਜਿਸ ਤੇ ਸੋਚਿਆ ਜਾਵੇ ਕਿ ਜੀ 14 ਸਾਲ ਦਾ ਇੱਕ ਬੱਚਾ ਜਿਹੜਾ ਹੈ ਉਹ ਐਸਾ ਅਨਬਿਲੀਵੇਬਲ ਕੰਮ ਕਰ ਸਕਦਾ ਹੈ ਕਿ ਅਚਾਨਕ ਗੋਲੀਆਂ ਚਲਾ ਦੀਆਂ। ਕਮਿਊਨਿਟੀ ਚ ਕਾਫੀ ਜ਼ਿਆਦਾ ਨਾਰਾਜ਼ਗੀ ਵੀ ਹੈ, ਕਾਫੀ ਜ਼ਿਆਦਾ ਸ਼ੋਕ ਵੀ ਹੈ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਔਰ ਬਾਕੀ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਇਸ ਇੰਸੀਡੈਂਟ ਦੇ ਬਾਰੇ ਤਾਂ ਤੁਸੀਂ ਟੋਰੋਂਟੋ ਪੁਲਿਸ ਦੇ ਨਾਲ ਜਾਂ ਕ੍ਰਾਈਮ ਸਟੋਪਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।